ਬੀਜੇਪੀ ਕਿੰਨੀ ਕੁ ਮਜ਼ਬੂਤ ਹੈ, ਕਿਉਂ ਪਿਛੜੀ। ਮੈਂ ਸਮਝਦਾ ਵੀ ਮੇਰੇ ਤੋਂ ਜ਼ਿਆਦਾ ਠੇਕੇਦਾਰ ਸਾਹਿਬ ਜਿਹੜੀ ਗੱਲ ਕਹਿ ਕੇ ਗਏ ਆ, ਇਹਨਾਂ ਨੇ ਗੱਲ ਨਿਚੋੜ ਕੱਢ ਦਿੱਤੀ ਸਾਰੀ। ਬਹੁਤ ਹੀ ਸਿੰਪਲ ਅਲਫਾਜ਼ ਦੇ ਅੰਦਰ ਠੇਕੇਦਾਰ ਸਾਹਿਬ ਨੇ ਕਿਹਾ ਵੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ। ਜੇ ਅਗਰ ਮੈਂ ਜਟਕੂ ਭਾਸ਼ਾ ਚ ਦੱਸਾਂ ਵੀ ਜਦੋਂ ਟਰੱਕਾਂ ਦੀ ਗੱਲ ਹੁੰਦੀ ਸੀ ਵੀ ਨੋਟਾਂ ਦੇ ਭਰ ਕੇ ਆਉਣਗੇ, ਡਿਵੈਲਪਮੈਂਟ ਆਊਗੀ, ਇਲਾਕੇ ਦੀ ਤਰੱਕੀ ਕਰਾਂਗੇ, ਇਲੈਕਸ਼ਨਾਂ ਤੋਂ ਪਹਿਲਾਂ ਮੋਦੀ ਸਾਹਿਬ ਦੇ ਗੁਣਗਾਨ ਕਹਿੰਦੇ ਸੀ ਤੇ ਉਹਦੇ ਬਾਅਦ ਬੀਜੇਪੀ ਦੇ ਗੁਣਗਾਨ ਕਹਿੰਦੇ ਸੀ, ਤੇ ਜਦੋਂ ਇਲੈਕਸ਼ਨਾਂ ਵੋਟਾਂ ਪੈ ਜਾਂਦੀਆਂ ਸੀ ਉਹਦੇ ਬਾਅਦ ਮੈਂ ਬੰਬ ਪਰੂਫ ਸੜਕਾਂ ਬਣਾ ਤੀਆਂ, ਮੈਂ ਡਿਵੈਲਪਮੈਂਟ ਕਰਾ ਤੀ, ਮੈਂ ਹਾਈਵੇ ਬਣਾ ਤੇ, ਮੈਂ ਫਲਾਈਓਵਰ ਬਣਵਾ ਤਾ, ਜੋ ਕੁਛ ਵੀ ਹੈ ਬਹੁਤ ਸਾਰਾ ਘਟਨਾਕ੍ਰਮ ਵਾਪਰਿਆ ਉਦੋਂ ਇੱਕ ਭਾਵਨਾ ਦੇ ਨਾਲ, ਕਿਉਂਕਿ ਉਹ ਕੋਈ ਰਾਜਨੀਤਿਕ ਸਮਝੌਤਾ ਹੈ ਨਹੀਂ ਸੀਗਾ। ਜਿੰਨਾ ਕੁ ਮੈਂ ਸਮਝਿਆ ਬਾਦਲ ਸਾਹਿਬ ਨੇ ਵੀ ਇਸ ਗੱਲ ਤੇ ਬਾਰ ਬਾਰ ਇਸ ਚਾਨਣਾ ਪਾਇਆ ਸੀਗਾ, ਤੇ ਮੈਂ ਵੀ ਅੱਜ ਉਸ ਗੱਲ ਦੀ ਤਾਈਦ ਕਰਦਾ ਵੀ ਉਹ ਜਿਹੜਾ ਸਮਝੌਤਾ 96-97 ਦੇ ਅੰਦਰ ਹੋਇਆ ਸੀਗਾ, ਇਟ ਵਾਜ਼ ਨਾਟ ਏ ਪੋਲੀਟੀਕਲ ਡਿਸੀਜਨ, ਉਹ ਡਿਸੀਜਨ ਸੀਗਾ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾ ਕੇ ਰੱਖਣ ਦੇ, ਕਿਉਂਕਿ ਕਾਲੇ ਦਿਨ ਟੈਰਰਿਜ਼ਮ ਵਾਲੇ ਜਿਨ੍ਹਾਂ ਹਾਲਾਤਾਂ ਚ ਪੰਜਾਬ ਗੁਜ਼ਰਿਆ ਸੀ ਉਹਦੇ ਮੱਦੇਨਜ਼ਰ ਰੱਖ ਕੇ, ਸਾਡੇ ਗੁਆਂਢੀ ਮੁਲਕਾਂ ਦੀ ਕੌੜੀ ਅੱਖ ਤੇ ਨਿਗਾਹ ਰੱਖ ਕੇ ਵੀ ਸਾਡੇ ਇੱਥੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਬਣੀ ਰਹੇ ਉਹਨੂੰ ਲੈ ਕੇ ਫੈਸਲਾ ਕੀਤਾ ਗਿਆ ਸੀਗਾ। ਪਰ ਹੁਣ ਜਦੋਂ ਅੱਜ ਜਿਨ੍ਹਾਂ ਹਾਲਾਤਾਂ ਦੇ ਵਿੱਚ ਤੋੜ ਵਿਛੋੜਾ ਹੋਇਆ, ਮੈਂ ਸਮਝਦਾ ਬੀਜੇਪੀ ਆਪਣੇ ਆਪ ਅੱਜ ਆਪਣੇ ਪੈਰਾਂ ਤੇ ਖੜੇ ਹੋਣ ਦੇ ਵਾਸਤੇ ਅੱਜ ਉਪਰਾਲਾ ਕਰ ਰਹੀ ਹੈ, ਮੈਨੂੰ ਅੱਜ ਸਾਰੇ ਇਹਨਾਂ ਲੋਕਾਂ ਦੇ ਨਾਲ ਹੋਰ ਹੌਸਲਾ ਮਿਲਦਾ ਵੀ ਅਸੀਂ ਤਕੜੇ ਹੋ ਕੇ ਦੇਸ਼ ਦੀ ਤਰੱਕੀ ਦੇ ਵਿੱਚ ਪੰਜਾਬ ਦਾ ਯੋਗਦਾਨ ਵੀ ਪਊਗਾ, ਤੇ ਦੇਸ਼ ਦੀ ਜਿਸ ਤਰ੍ਹਾਂ ਤਰੱਕੀ ਜਿਸ ਰਫ਼ਤਾਰ ਨਾਲ ਹੋ ਰਹੀ ਹੈ ਉਹਦੇ ਵਿੱਚ ਉਹਦਾ ਲਾਭ ਪੰਜਾਬ ਨੂੰ ਵੀ ਆਪਣੀ ਆਬਾਦੀ ਆਪਣੀ ਜੀਓਗ੍ਰਾਫੀ ਤੋਂ ਜ਼ਿਆਦਾ ਮਿਲੇ, ਇਹ ਸਾਡਾ ਪ੍ਰਯਾਸ ਰਹੇਗਾ। ਅੱਜ ਦੇ ਰਾਜਨੀਤਿਕ ਦ੍ਰਿਸ਼ ਦੇ ਉੱਤੇ ਕੁਝ ਜ਼ਿਆਦਾ ਅਜੇ ਗੱਲ ਕਰਨ ਦੀ ਬਜਾਏ, ਕਿਉਂਕਿ ਸਾਡੀ ਅਜੇ ਵੀ ਕੁਝ ਸੀਟਸ ਡਿਕਲੇਅਰ ਹੋਣ ਵਾਲੀ ਪਈ ਹੈ, ਫਿਰ ਸਾਰਿਆਂ ਨੂੰ ਜੁੜਾਂਗੇ। ਪਰ ਦੋ ਜਿਹੜੀ ਅਹਿਮ ਗੱਲਾਂ ਸਾਹਮਣੇ ਅੱਜ ਆਈਆਂ, ਇੱਕ ਤਾਂ ਅਸ਼ਵਨੀ ਜੀ ਨੇ ਜਿਹੜੀ ਗੱਲ ਕੀਤੀ ਹੈ, ਮੈਨੂੰ ਇਸ ਗੱਲ ਦਾ ਖੇਦ ਹੈ, ਚਾਹੇ ਲਾਲਜੀਤ ਭੁੱਲਰ ਜੀ ਨੇ ਕਿਹਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਦੇ ਤੌਰ ਤੇ ਕਿਹਾ, ਮੈਨੂੰ ਇਸ ਗੱਲ ਦਾ ਖੇਦ ਹੈ। ਤੇ ਉਹਦੇ ਨਾਲ ਹੀ ਠੇਕੇਦਾਰ ਸਾਹਿਬ ਨੇ ਜਿਹੜੀ ਗੱਲ ਕੀਤੀ ਕਿ ਮੈਨੂੰ ਇਸ ਕਰਕੇ ਪ੍ਰਧਾਨ ਨਹੀਂ ਬਣਾਇਆ ਗਿਆ ਕਿ ਮੈਂ OBC ਜਾਂ ਕਿਤੇ ਅਮੁਕ ਬਿਰਾਦਰੀ ਨਾਲ ਸੰਬੰਧ ਰੱਖਦਾ, ਇਸ ਕਰਕੇ ਬੀਬੀ ਜੀ ਨੇ ਮੈਨੂੰ ਪ੍ਰਧਾਨ ਨਹੀਂ ਬਣਾਇਆ। ਪਤਾ ਨਹੀਂ ਠੇਕੇਦਾਰ ਸਾਹਿਬ ਕਿਹਦੀ ਕੰਨੀ ਕਿੱਧਰ ਗਏ, ਕਿੱਧਰ ਬੈਠੇ ਠੇਕੇਦਾਰ ਸਾਹਿਬ, ਪਿੱਛੇ ਜਾ ਕੇ ਠੇਕੇਦਾਰ ਸਾਹਿਬ ਉਹ ਕਹਿੰਦੇ ਜਿਹੜਾ ਰੋਗ ਤੁਹਾਨੂੰ ਲੱਗਿਆ ਉਹੀ ਰੋਗ ਮੈਨੂੰ ਲੱਗਿਆ, ਮੇਰੇ ਚ ਵੀ ਨੁਕਸ ਪਾ ਗਿਆ ਸੀ ਲੋਕਾਂ ਨੇ। ਮੈਂ ਸਮਝਦਾ ਵੀ ਪੰਜਾਬ ਦੀ ਭਾਈਚਾਰਕ ਸਾਂਝ ਦੇ ਉੱਤੇ ਇਸ ਤੋਂ ਵੱਡਾ ਕੋਈ ਕਲੰਕ ਨਹੀਂ ਹੋ ਸਕਦਾ। ਸਾਡਾ ਗੁਰੂ ਮਹਾਰਾਜ ਦੀ ਸੋਚ ਦੇ ਉੱਤੇ ਜਿਹੜੇ ਲੋਕ ਬਾਨਾ ਪਾ ਕੇ ਆਪਣੇ ਆਪ ਨੂੰ ਸਿੱਖ ਕਵਾਉਣਾ ਚਾਹੁੰਦੇ ਆ ਸਭ, ਉਹਨਾਂ ਲੋਕਾਂ ਦੇ ਉੱਤੇ ਇੱਕ ਡਾਇਰੈਕਟ ਕਮੈਂਟਰੀ ਹੈ ਇਹਦੇ ਵਿੱਚ, ਕੋਈ ਕਿੰਤੂ ਬੰਤ ਨਹੀਂ ਰਹਿ ਜਾਂਦੀ। ਜਿਹੜੇ ਮੇਰੇ ਚ ਨੁਕਸ ਕੱਢਦੇ ਸੀਗੇ ਜਾਂ ਜਿਨ੍ਹਾਂ ਨੇ ਠੇਕੇਦਾਰ ਸਾਹਿਬ ਚ ਨੁਕਸ ਕੱਢਿਆ, ਸਭ ਉਹ ਆਪਣੇ ਅੰਦਰ ਝਾਤੀ ਮਾਰ ਕੇ ਦੇਖਣ ਵੀ ਕੀ ਗੁਰੂ ਮਹਾਰਾਜ ਨੇ ਸਾਨੂੰ ਆਹ ਸਿਖਾਇਆ ਸੀਗਾ ਵੀ ਤੁਸੀਂ ਇੱਕ OBC ਜਮਾਤ ਨਾਲ ਸੰਬੰਧ ਰੱਖਦੇ ਹੋਏ, ਸੁਨੀਲ ਤੇਰੇ ਦਸਤਾਰ ਨਹੀਂ ਪਾਈ ਹੋਈ,
ਮੈਂ ਸਮਝਦਾ ਵੀ ਜਿੰਨੇ ਪੰਜਾਬੀ ਹੋਣ ਦਾ ਮਾਣ ਠੇਕੇਦਾਰ ਸਾਹਿਬ ਨੂੰ ਹੈ ਜਾਂ ਜਿੰਨਾ ਮੈਂ ਆਪਣੇ ਆਈਡੈਂਟੀਟੀ ਤੇ ਮਾਣ ਰੱਖਦਾ ਸਾਹਿਬ, ਹਰੇਕ ਪੰਜਾਬੀ ਨੂੰ ਓਨਾ ਹੀ ਮਾਣ ਹੈ। ਕਿਸੇ ਵੀ ਵਰਗ ਨਾਲ, ਕਿਸੇ ਜਾਤੀ, ਕਿਸੇ ਧਰਮ ਨਾਲ ਸਮਾਜ ਰੱਖਦਾ ਹੋਵੇ, ਕਿਸੇ ਨੂੰ ਮਾੜੀ ਭਾਸ਼ਾ ਕਹਿਣੀ ਵੀ ਉਹ ਰਾਮਗੜੀਆ ਬਰਾਦਰੀ ਨਾਲ ਸੰਬੰਧ ਰੱਖਦਾ ਹੈ ਕਿ ਉਹ ਸਵਰਣਕਾਰ ਸੰਘ ਚੋਂ ਹੈਗੇ ਜਾਂ ਕਿਸੇ ਨੇ ਦਸਤਾਰ ਨਹੀਂ ਪਾਈ ਜਾਂ ਕੋਈ ਕਿਹੜੇ ਧਰਮ ਨਾਲ ਜੁੜਿਆ, ਇਹ ਗੱਲਾਂ ਮੈਨੂੰ ਇੰਨਾ ਹੀ ਲੱਗਦਾ ਵੀ ਇਹਨਾਂ ਲੋਕਾਂ ਨੇ ਆਪਾਂ ਸਭ ਦਿਲ ਦੁਖਦਾ ਜਦੋਂ ਦੇਖਦੇ ਹਾਂ ਪਵਨ ਗੁਰੂ ਗ੍ਰੰਥ ਸਾਹਿਬ ਨੂੰ ਆਦਰ ਸਤਿਕਾਰ ਦੇ ਨਾਲ ਸਿਰ ਤੇ ਰੱਖ ਕੇ ਲੈ ਕੇ ਆਉਂਦੇ ਹਾਂ, ਪਰ ਸਿਰ ਤੇ ਰੱਖ ਕੇ ਮੈਂ ਸਮਝਦਾ ਉਦੋਂ ਤਾਈਂ ਆਪਾਂ ਸਹੀ ਮਾਇਨੇ ਚ ਸਤਿਕਾਰ ਨਹੀਂ ਕਰਦੇ ਜਦੋਂ ਤਾਈਂ ਆਪਾਂ ਗੁਰੂ ਮਹਾਰਾਜ ਦੇ ਉਸ ਪਾਵਨ ਗੁਰੂ ਗ੍ਰੰਥ ਸਾਹਿਬ ਚ ਜਿਹੜੀ ਸੇਧ ਦਿੱਤੀ ਹੈ ਉਹਨੂੰ ਮਾੜਾ ਮੋਟਾ ਦਿਮਾਗ ਦੇ ਅੰਦਰ ਵੀ ਜਾਣ ਦੀ ਸਭ। ਮੈਂ ਬਾਰ ਬਾਰ ਆ ਦੁਹਰਾਈ ਹੈ ਗੱਲ ਵੀ ਮੈਂ ਨਕਲੀ ਇਹਨਾਂ ਜਥੇਦਾਰਾਂ ਨਾਲੋਂ ਅਸਲ ਸਿੱਖਾਂ ਸਨ, ਉਹਨਾਂ ਨਾਲ ਵਧੀਆ ਸਿੱਖਾਂ। ਇਹ ਕਿਸੇ ਵੀ ਠੇਕੇਦਾਰ ਸਾਹਿਬ ਉਹ ਬੀ ਸੀ ਹੈ ਜਾਂ ਕਿਸੇ ਜਮਾਤ ਨਾਲ ਸੰਬੰਧ ਰੱਖਦੇ ਹੋ ਤੁਸੀਂ, ਬੀ ਸੀ ਹੋ, ਓ ਬੀ ਸੀ ਹੋ, ਐਸ ਸੀ ਹੋ, ਹਿੰਦੂ ਹੋ, ਸਿੱਖ ਹੋ, ਈਸਾਈ ਹੋ, ਡੇਵਿਡ ਕਿੱਥੇ ਗਏ ਡੇਵਿਡ ਸਾਡੇ, ਡੇਵਿਡ ਜੀ ਤੁਸੀਂ ਵੀ ਓਨੇ ਹੀ ਪੰਜਾਬੀ ਹੋਣ ਦਾ ਤੁਹਾਨੂੰ ਹੱਕ ਹੈ ਜਿੰਨਾ ਸੁਨੀਲ ਜਾਖੜ ਨੂੰ ਹੈ। ਤੁਹਾਨੂੰ ਨਕਲੀ ਸਰਦਾਰ ਬਣਨ ਦੀ ਲੋੜ ਨਹੀਂ ਪੱਗ ਬੰਨ ਕੇ, ਤੁਹਾਨੂੰ ਕੋਈ ਬਾਨਾ ਪਾਉਣ ਦੀ ਲੋੜ ਨਹੀਂ ਆਪਣੇ ਆਪ ਨੂੰ ਪੰਜਾਬੀ ਪ੍ਰੂਵ ਕਰਨ ਵਾਸਤੇ। ਜੇ ਆਪਾਂ ਗੁਰੂ ਮਹਾਰਾਜ ਦੀ ਸੇਧ ਤੇ ਚੱਲਾਂਗੇ, ਉਹਨਾਂ ਦੀ ਸਿਖਾਈ ਰਾਹ ਤੇ ਚੱਲਾਂਗੇ, ਮਾਨਸ ਕੀ ਜਾਤ ਸਭਾ ਏਕੋ ਪਹਿਚਾਨ ਵੋ, ਇਹ ਲੋਕ ਇੱਥੇ ਪੰਜਾਬ ਦੇ ਠੇਕੇਦਾਰ ਬਣੇ ਫਿਰਦੇ ਸਨ, ਸਵਾਲ ਕਰਦੇ ਹੈ ਕਿਹਨੂੰ ਸਵਾਲ ਕਰਦੇ ਹੁਣ, ਦਿਓ ਜਵਾਬ ਇਹਨਾਂ ਨੂੰ। ਸੁਨੀਲ ਤਾਂ ਹੋ ਸਕਦਾ ਰਾਜਨੀਤੀ ਨਾਲ ਪ੍ਰੇਰਿਤ ਹੋ ਕੇ ਗੱਲ ਕੋ ਕਹਿ ਰਹੇ ਹੋਏ, ਇਹਨਾਂ ਨੂੰ ਦਿਓ ਜਵਾਬ ਖਾਂ। ਬੋਲੋ ਅਸ਼ਵਨੀ ਜੀ, ਤੁਹਾਨੂੰ ਤੁਸੀਂ ਦਿਓ ਜਵਾਬ ਖਾਂ ਜਿਹੜੇ ਕਹਿੰਦੇ ਸੀਗੇ, ਇਹਨਾਂ ਨੂੰ ਦੇਣ ਜਵਾਬ ਕੋਈ ਆ ਕੇ ਵੀ ਕਿਉਂ ਇਹਨਾਂ ਨੂੰ ਆਖਤਾ। ਸੋ ਮੇਰੀ ਲੋਕਾਂ ਨੂੰ ਬੇਨਤੀ ਹੈ, ਬੜਾ ਸੋਚ ਸਮਝ ਕੇ ਸਰ, ਆਹ ਵੋਟ ਹੈ, ਫੋਟੋਆਂ ਲਾਉਣ ਨਾਲ ਕੋਈ ਠੇਕੇਦਾਰ ਨਹੀਂ ਬਣ ਜਾਂਦਾ ਸ਼ਹੀਦ ਭਗਤ ਸਿੰਘ ਦੀ ਸੋਚ ਦਾ, ਕੋਈ ਫੋਟੋ ਲਾ ਕੇ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਦਾ ਪਹਿਰੇਦਾਰ ਜਾਂ ਠੇਕੇਦਾਰ ਨਹੀਂ ਬਣ ਜਾਂਦਾ। ਆਹ ਤੁਹਾਨੂੰ ਦੇਖਣਾ ਪਊਗਾ ਕੌਣ ਲੋਕ ਹੈ ਜਿਹੜੇ ਪੰਜਾਬ ਦਾ ਬੇੜਾ ਗਰਕਣ ਤੁਲੇ, ਤੇ ਕੌਣ ਲੋਕ ਹੈ ਜਿਹੜੇ ਪੰਜਾਬ ਤੇ ਸਾਰੇ ਭਾਈਚਾਰਕ ਸਾਂਝ ਦੇ ਉੱਤੇ ਪਹਿਰਾ ਦੇਣ ਵਾਸਤੇ ਤਕੜੇ ਹੋ ਕੇ ਕੰਮ ਕਰ ਸਕਦੇ ਹੈ। ਜ਼ਿਆਦਾ ਨਾ ਕਹਿੰਦੇ ਹੋਏ, ਅੱਜ ਮੈਂ ਸਿਰਫ ਇੰਨਾ ਹੀ ਕਹੂੰਗਾ, ਵੋਟ ਦੇ ਲਾਲਚ ਦੇ ਅੰਦਰ ਪੰਜਾਬ ਦੀ ਅਮਨ ਸ਼ਾਂਤੀ ਦੇ ਉੱਤੇ ਢਾਹ ਨਾ ਲੱਗੇ। ਪੰਜਾਬ ਦੀ ਅਮਨ ਸ਼ਾਂਤੀ ਨੂੰ ਪੜੋਸੀ ਮੁਲਕ ਵੀ ਬੈਠੇ ਦੇਖ ਰਹੇ ਆ, ਜੋ ਕੁਛ ਤਿੰਨ ਚਾਰ ਦਿਨ ਪਹਿਲਾਂ ਤੇ ਵਿਸਾਖੀ ਵਾਲੇ ਦਿਨ ਜੋ ਕੁਛ ਵਾਪਰਿਆ ਨਾਂਗਲ ਦੇ ਅੰਦਰ, ਮਨੋਜ ਜੀ ਤੁਸੀਂ ਤਾਂ ਦੇਖਿਆ ਉੱਥੇ, ਜੋ ਕੁਛ ਉੱਥੇ ਆ ਕੇ ਕਿਸੇ ਦੀ ਧਾਰਮਿਕ ਭਾਵਨਾ ਨੂੰ ਮੱਦੇਨਜ਼ਰ ਰੱਖ ਕੇ ਉਹਦਾ ਕਤਲ ਕੀਤਾ ਗਿਆ, ਉਹ ਅੱਗ ਲਾਉਣ ਦੀ ਕੋਸ਼ਿਸ਼ ਸੀਗੀ। ਤੇ ਮੈਨੂੰ ਇਸ ਗੱਲ ਚ ਕੋਈ ਸੰਕੋਚ ਨਹੀਂ, ਕਈ ਗੱਲ ਮੈਨੂੰ ਪਿਕਚਰਾਂ ਕਰੀਆਂ ਤੇ ਹਿਊ ਜਾਖੜ ਸਾਹਿਬ ਨੇ ਪੁਲਿਸ ਨੂੰ ਵਧਾਈ ਦੇਤੀ, ਬਿਲਕੁਲ ਵਧਾਈ ਦੇਤੀ ਸਾਹਿਬ, ਕੋਈ ਚੰਗਾ ਕੰਮ ਕਰੋਗੇ ਤਾਂ ਵਧਾਈ ਲਓ, ਮਾੜੇ ਕੰਮ ਦੀ ਨਿਖੇਧੀ ਕਰਨ ਵਾਸਤੇ ਆ ਕੰਮ ਅਪੋਜੀਸ਼ਨ ਦਾ ਹੁੰਦਾ ਸਾਹਿਬ। ਅਪੋਜੀਸ਼ਨ ਤਾਂ ਗਿਰਵੀ ਹੋਈ ਖੜੀ ਹੈ, ਅਪੋਜੀਸ਼ਨ ਤਾਂ ਗੋਡੀ ਟੇਕੀ ਖੜੀ ਹੈ, ਅਪੋਜੀਸ਼ਨ ਤਾਂ ਮੈਂ ਬੜੀ ਜ਼ਿੰਮੇਵਾਰੀ ਵੱਲ ਕਹਿਣਾ ਚਾਹੁੰਦਾ ਸਾਹਿਬ। ਰਾਹੁਲ ਜੀ ਨੇ ਪਤਾ ਨਹੀਂ ਕਿਸ ਭਾਵਨਾ ਨਾਲ ਕਿਹਾ ਸੀਗਾ, ਪਿਆਰ ਕੀ ਦੁਕਾਨ, ਪਰ ਜਿਹੜਿਆਂ ਨੂੰ ਫਰੈਂਚਾਈਜ਼ ਦੇ ਰੱਖੀ ਹੈ ਨਾ, ਖਾਸ ਤੌਰ ਤੇ ਪੰਜਾਬ ਵਾਲਿਆਂ ਨੂੰ ਜਿਹਨਾਂ ਨੇ ਕਾਂਗਰਸ ਦੀ ਫਰੈਂਚਾਈਜ਼ ਲੈ ਰੱਖੀ ਹੈ, ਉਹ ਤਾਂ ਟਿਕਟਾਂ ਦੀ ਦੁਕਾਨ ਖੋਲੀ ਬੈਠੇ ਸਨ,
ਉਹ ਤਾਂ ਟਿਕਟਾਂ ਵੇਚੀ ਜਾਂਦੇ ਹੈ, ਲੋਕਾਂ ਨੂੰ ਕਹਿੰਦੇ ਆ ਜ਼ਮੀਰ ਵੇਚ ਕੇ ਆ ਗਏ, ਟਿਕਟਾਂ ਤਾਂ ਨਹੀਂ ਵੇਚਦੇ। ਤੁਹਾਡੇ ਤੇ ਜ਼ਿੰਮੇਵਾਰੀ ਪਈ ਸੀ ਲੋਕਾਂ ਦੇ ਅੰਦਰ ਨਫ਼ਰਤ ਘਟਾਉਣ ਦੀ, ਉਹਨਾਂ ਲੋਕਾਂ ਨੂੰ ਤੁਸੀਂ ਕਾਂਗਰਸ ਦਾ ਠੇਕੇਦਾਰ ਬਣਾਤਾ ਜਿਨ੍ਹਾਂ ਨੇ ਇੱਥੇ ਹਿੰਦੂ ਸਿੱਖ ਦਾ ਪੌੜਾ ਪਾਇਆ ਸੀਗਾ। ਇਹੋ ਹੀ ਲੋਕ ਹੈ ਸਭ। ਮੈਂ ਨਾਮ ਨਹੀਂ ਸੀ ਇੰਨੇ ਦਿਨ ਕਿਸੇ ਦਾ ਲਿਆ, ਮੈਂ ਲੈਣਾ ਚਾਹੂੰਗਾ ਸਰ। ਦੀਜ਼ ਆਰ ਦਾ ਸੇਮ ਪੀਪਲ ਜਿਨ੍ਹਾਂ ਨੇ ਕਿਹਾ ਸੀ ਸੁਨੀਲ ਜਾਖੜ ਨੂੰ ਅੱਗੇ ਕਰਤਾ ਤੇ ਇੱਥੇ ਅੱਗ ਲੱਗ ਜੂਗੀ ਪੰਜਾਬ ਚ। ਸਭ ਨੂੰ ਲੈ ਲਓ ਫਿਰ, ਆਹ ਟਿਕਟਾਂ ਵੰਡੀ ਜਾਂਦੀਆਂ ਨਾ ਫਿਰ। ਇਹਨਾਂ ਸਾਰਿਆਂ ਨੂੰ ਲੋਕਾਂ ਨੇ ਸਬਕ ਸਿਖਾਉਣਾ ਹੈ। ਮੈਂ ਨਹੀਂ ਚਾਹੁੰਦਾ ਵੀ ਤੁਸੀਂ ਆਪਣੀ ਇਸ ਭਾਵਨਾ ਨੂੰ ਲੈ ਕੇ ਅਸ਼ਵਨੀ ਜੀ ਆਪਣਾ ਸਵਰਣਕਾਰ ਸੰਘ ਆ ਉਹ ਵੀ ਸੀ ਇਸ ਕਰਕੇ ਵੋਟਾਂ ਪਾਵੇ ਵੀ ਕਿਸੇ ਇੱਕ ਆਦਮੀ ਨੇ ਕਹਿਤਾ। ਪਰ ਜਿਹਨਾਂ ਲੋਕਾਂ ਦੀ ਸੋਚ ਹੀ ਇਸ ਕਿਸਮ ਦੀ ਹੈ ਉਹਨਾਂ ਤੋਂ ਕਾਲਾ ਕਰਿਓ ਸਾਹਿਬ ਜੀ। ਪੰਜਾਬ ਦੀ ਬਿਹਤਰੀ ਤੁਹਾਡੇ ਦਿਮਾਗ 'ਚ ਹੈ। ਇੱਥੇ ਸਾਹਿਬ ਕਿਸੇ ਨੂੰ ਵੇਚਣ ਵਾਸਤੇ ਜਾਂ ਕਿਸੇ ਦੀ ਖਰੀਦ ਕਰਨ ਵਾਸਤੇ ਨਹੀਂ, ਇੱਥੇ ਪੰਜਾਬ ਵਾਸਤੇ ਸਾਰੇ ਇਕੱਠੇ ਹੋਏ ਹਾਂ। ਪੰਜਾਬ ਦੀ ਬਿਹਤਰੀ ਵਾਸਤੇ ਰਲ ਮਿਲ ਕੇ ਕੰਮ ਕਰਾਂਗੇ। ਮੈਂ ਆਏ ਹੋਏ ਸਾਰੇ ਸਾਥੀਆਂ ਦਾ ਬਹੁਤ ਹੀ ਤਹਿ ਦਿਲ ਤੋਂ ਹੱਥ ਜੋੜ ਕੇ ਤੁਹਾਡੇ ਸਾਰਿਆਂ ਨੂੰ ਜੀ ਆਇਆ ਆਖਦਾ, ਤੁਹਾਡਾ ਧੰਨਵਾਦ ਕਰਦਾ ਤੇ ਸਾਡੇ ਸਾਰੀ ਟੀਮ ਦਾ ਵੀ ਮੈਂ ਪਰਸਨਲੀ ਆਭਾਰੀ ਹਾਂ ਵੀ ਜਿਹਨਾਂ ਨੇ ਇੰਨੀ ਮਿਹਨਤ ਕਰਕੇ ਸਾਰਿਆਂ ਨੂੰ ਇੱਥੇ ਜੋੜਿਆ। ਬਹੁਤ ਬਹੁਤ ਧੰਨਵਾਦ। ਜੈ ਹਿੰਦ ਸਰ। ਸਰ ਮੈਂ ਨਾਮ ਜਦੋਂ ਤਾਈ ਮੇਰੇ ਕੋਲ ਪਰੂਫ ਨਾ ਹੋਵੇ ਨਾ ਸਰ, ਮੇਰੇ ਕੋਲ ਪਰੂਫ ਉਹਨਾਂ ਦਾ ਤਾਂ ਹੈਗਾ ਜਿਨ੍ਹਾਂ ਨੇ ਕਿਹਾ ਸੀਗਾ ਵੀ ਇਹ ਹਿੰਦੂ ਸਿੱਖ ਵਾਲਾ ਇੱਥੇ ਮਸਲੇ 'ਚ ਅੱਗ ਲੱਗ ਜੂਗੀ, ਉਹ ਵੀ ਮੈਂ ਨਾਮ ਲਊਂਗਾ। ਪਰ ਇਲੈਕਸ਼ਨ ਦੇ ਦੌਰਾਨ ਜਿੱਥੇ ਉਦੋਂ ਜਾਊਂਗਾ ਨਾ ਇਹਨਾਂ ਦੇ ਇੱਕ ਇੱਕ ਜਿੱਥੇ ਜਿੱਥੇ ਫੇਰਾ ਮੈਂ ਕਰਨਾ, ਉੱਥੇ ਜਾ ਕੇ ਇੱਕ ਇੱਕ ਇਹਨਾਂ ਬੰਦਿਆਂ ਦੀ ਜਾਂ ਲੀਡਰਾਂ ਦੀ ਮੈਂ ਪੋਲਾਂ ਖੋਲੂਗਾ ਸਰ। ਮੈਂ ਹੱਥ ਜੋੜ ਕੇ ਸਾਰੇ ਕਿਸਾਨ ਸਾਥੀਆਂ ਨੂੰ ਬੇਨਤੀ ਕਰੂੰਗਾ, ਕਿਸੇ ਦਾ ਵਿਰੋਧ ਕਰਨਾ, ਆਪਣੀ ਮੁਹਿੰਮ ਚਲਾਉਣਾ ਹਰੇਕ ਦਾ ਹੱਕ ਹੈ, ਰਾਜਨੀਤਿਕ ਤੌਰ ਤੇ ਲੋਕਤੰਤਰ ਦੇ ਅੰਦਰ ਸਾਰਿਆਂ ਦਾ ਹੱਕ ਹੈ। ਪਰ ਜਿਹੜੇ ਆਗੂ ਕਾਲੇ ਕਾਨੂੰਨਾਂ ਨੂੰ ਲੈ ਕੇ, ਕਿਸਾਨੀ ਕਾਨੂੰਨ ਜਿਹੜੇ 3 ਆਏ ਸੀ ਉਹਨਾਂ ਨੂੰ ਲੈ ਕੇ ਜਿਨ੍ਹਾਂ ਨੇ ਉੱਥੇ ਧਰਨਾ ਦਿੱਤਾ ਦਿੱਲੀ ਦੇ ਬਾਰਡਰ ਦੇ ਉੱਤੇ, ਮੈਂ ਸਮਝਦਾ ਵੀ ਉਹ ਵੀ ਅੰਦਰ ਝਾਤੀ ਮਾਰ ਕੇ ਦੇਖਣ। ਤੇ ਉਸ ਧਰਨੇ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਸੀ ਵੀ ਅਮਨ ਸ਼ਾਂਤੀਪੂਰਵਕ ਸੀਗਾ। ਤੇ ਮੇਰੀ ਬੇਨਤੀ ਹੈ, ਆਹ ਤੁਸੀਂ ਪਤਾ ਨਹੀਂ ਕਿਹੜੇ ਮੰਤਵ ਨਾਲ ਇਸ ਕਿਸਮ ਦਾ ਮਾਹੌਲ ਭੜਕਾਇਆ ਜਾ ਰਿਹਾ ਜਾਂ ਕਿਸ ਤਰ੍ਹਾਂ ਹੋ ਰਿਹਾ ਤਾਂ ਟਾਈਮ ਦੱਸੂਗਾ। ਪਰ ਮੇਰਾ ਕਹਿਣਾ ਹੈ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ, ਸੰਯਮ ਰੱਖ ਕੇ ਕੰਟਰੋਲ ਕਰਕੇ ਇਸ ਹਿੰਸਾ 'ਚ ਨਾ ਪੈਣ, ਆਪਣਾ ਮੁਖਾਲਫਤ ਕਰਨ। ਇਹਦੇ 'ਤੇ ਮੈਂ ਕਿਸਾਨਾਂ ਨਾਲ ਖੁੱਲ੍ਹ ਕੇ ਇੱਕ ਦਿਨ ਦਿਲ ਦੀ ਗੱਲ ਕਰੂੰਗਾ ਸਰ। ਖੜ੍ਹ ਜਾਓ, ਕਿਉਂਕਿ ਅਜੇ ਤਾਂ ਖੜਾ ਪੂਰਾ ਜਚਿਆ ਹੀ ਨਹੀਂ ਸਰ, ਜਦ ਜਾਣਦੇ ਹੋ ਸਾਰੀਆਂ ਗੱਲਾਂ ਕਰਾਂਗੇ। ਡਾਕਟਰ ਸਾਹਿਬ ਮੇਰਾ ਇੱਕ ਸਵਾਲ ਹੈ ਜੀ, ਇੱਕ ਬੜਾ ਇੰਪੋਰਟੈਂਟ ਇਸ਼ੂ ਡਰੱਗ ਕੋ ਲੇਕਰ ਕੇ, ਕਿ ਡਰੱਗਸ ਕੋ ਲੇਕਰ ਕੇ ਪੰਜਾਬ ਰਾਜਨੀਤਿਕ ਦਾ ਸਮਾਜਿਕ ਮੁੱਦਾ ਵੀ ਹੈ। ਕੁੰਵਰ ਵਿਜੇ ਪ੍ਰਤਾਪ ਦਾ ਇੱਕ ਵੀਡੀਓ ਹੋਇਆ ਹੈ ਜਿਸ ਮੈਂ ਕੁਲਦੀਪ ਧਾਲੀਵਾਲ ਕੇ ਸਾਥ ਉਨ੍ਹੋਂਨੇ ਕਿਹਾ ਕਿ ਜੈਸੇ ਕੌਮ ਸੇ ਐਸਪੀ ਅਕੌਮ ਸੇ ਡੀਐਸਪੀ ਡਰੱਗਸ ਬਿਕਵਾ ਰਹੇ ਹੈ, ਜੋ ਕਿ ਬਹੁਤ ਵਾਇਰਲ ਹੈ। ਕੈਲਾਸ਼ ਜੀ, ਕੋਈ ਔਰ ਰਾਜਨੀਤਿਕ ਨੇਤਾ ਜੈਸੇ ਹਮਾਰੇ ਮੇਂ ਸੇ ਕਹਿਤਾ ਤੋ ਸ਼ਾਇਦ ਉਸ ਪੇ ਇਸ ਬਾਤ ਕਾ ਇਲਜ਼ਾਮ ਲਗਣਾ ਥਾ ਕਿ ਇਹ ਤੋ ਆਪਣੀ ਰਾਜਨੀਤਿਕ ਰੰਜਿਸ਼ ਕੇ ਚਲਤੇ ਹੋਏ ਬਾਤ ਕਹਿ ਰਹੇ। ਕੁੰਵਰ ਵਿਜੇ ਪ੍ਰਤਾਪ ਸਿੰਘ ਕੀ ਕ੍ਰੈਡੀਬਿਲਿਟੀ ਕੋ ਦੇਖਤੇ ਹੋਏ ਮੈਂ ਸਮਝਤਾ ਹੂੰ ਸਾਰਾ ਪੰਜਾਬ ਉਨਕੇ ਉਸ ਬੈਕਗਰਾਊਂਡ ਕੋ ਸਮਝਤਾ ਹੈ, ਉਨਕੇ ਪ੍ਰਿਸ਼ਠ ਭੂਮੀ ਕੋ ਸਮਝਤਾ ਹੈ ਔਰ ਜਾਣਤਾ ਹੈ।
उन द्वारा कही गई ये बात और मंत्री जी के प्रेजेंस में कही गई, धारीवाल साहब वहीं पे मौजूद थे, उन्होंने नाम लिए, ऑफिसर्स के नाम मैं यहां नहीं लेना चाहूंगा, पर मैं राजनेताओं के नाम जरूर लेने में संकोच नहीं करूंगा। उन्होंने जो नाम लिए जिनको मैं किंगफिशर के मालिक की ना सी विजय माल्या जी, वो भी लंदन चले गए और ये भी लंदन चले गए, इनकी बात मैं जरूर इनके साथ के सामने नाम लेना चाहूंगा कि यहां विजय माल्या ने हो सकता है सिर्फ बैंकों को चूना लगाया, परंतु ये पंजाब के या दिल्ली के विजय माल्या जी थे, पंजाब के तो बना दिया उनको राज्यसभा के मेंबर, दिल्ली के विजय माल्या जी ने हमारे पंजाब के नौजवानों को चिट्टा लगा दिया, चूना भी सफेद और ये भी सफेद था, तो उनको तो शायद समय आते हुए पता नहीं कब कानून के दस्तखत वहां तक पहुंचेगी विजय माल्या जी के, परंतु मेरी बेनती इलेक्शन कमीशन से है कि सुओ मोटो नोटिस ले साहब, जिन ऑफिसर्स का नाम दिया गया बटाला क्यों भेजे साहब उनको, मैं कुंवर विजय प्रताप जी से सहमत नहीं हूं साहब, क्यों बटाला में लोग नहीं बसते क्या, बटाला में पंजाबी नहीं बसते क्या, वहां मारने के लिए भेज दो, बटाला जाके बेचने लगे साहब, सख्त से सख्त कार्रवाई होनी चाहिए साहब, उनको दे शुड बी टर्मिनेटेड, ये मेरी इस पर मेरा कहना इस मसले पर। वातावरण तो दूषित होया पे है जी, आप ही वातावरण ही है, इलेक्टोरल एनवायरमेंट कह लो, इलेक्टोरल कह लो, पोलिटिकल एनवायरमेंट है, दिस इज ऑल्सो विशिएटेड, जिड़िया गल्ला कही है जिन्हों लैके चाहे अश्विनी जी नू कही है चाहे किसी साडे साथी नू किसी पर्टिकुलर जमात आले ने कही है, आ भी वातावरण खराब है, ये तो बोल देन सिंचेवाल साहब, ये तो बोल देन, बाकियां दे केड़े मुंह ताले लगे है साहब, सच नू सच कह देन, बिल्कुल साहब वो मोड़ लगा रहे है साहब, किस तरह भगवंत मान जी की या बाकी एमएलए की मजबूरी होनी है, उन्होंने तो हम कोई लोड़ नहीं इन्हों की, उन्होंने तो कोई लोड़ नहीं, उन्होंने ना तो केजरीवाल साहब के उस अरेस्ट से कोई गल की, क्योंकि उन्होंने अंदर दिल से पता है, बहुत सारे लोगों का आप फिर मैं कह देंगे भी उसका प्रूफ दसो, प्रूफ तो मैं कितों दे दें साहब, पर सारे का कहना है भी वो जी टिकटा सी कांग्रेस ने आ बेची जाती है, एम पी वाली टिकटा बेची जाती है, उन्होंने राज्यसभा की टिकटा बेचती है, मैं तो जेडे बयान पढ़े सांपला साहब के भी नहीं, मैं पार्टी के नाल लोग गल करे इसे करके मैं इस वातावरण तो होकर दिल्ली जाके बह गए साहब, नहीं अगर कोई किसी राजगी साहब अपने आदमी को मनाना साडा फर्ज है, मैं थोनू कह रहा भी सारी अटकल है साहब, मेरा मानना है कि वो पार्टी के नाल है सारी, इन्ना लंबा समा पार्टी जी नाल रहे हैं, कि अगर कोई इस किस्म की कोई गल आई तो असं उन्होंने बैठ के गल करने साडे सीनियर साथी है दूर कर, देखो कोर्ट अपने कानून के तौर पर काम कर रही है साहब, कानून सारे वास्ते एक वर्ग है, केजरीवाल साहब नहीं समझते, भगवंत मान जी नहीं समझते, पर आ एक भावनात्मक मुद्दे है,